ਮਾਲਿਕ ਫਰਮਾ ਰਹੇ ਕਿ ਅਲ ਹੌਜ਼ ਵਲ ਕੌਸਰ ਲੀ ਹੌਜ਼ ਕੌਸਰ ਮਾਲਿਕ ਨੇ ਮੈਂ ਮੁਸਤਫਾ ਨੂੰ ਅਤਾ ਕੀਤਾ ਵਸਾਕੀ ਹਾ ਅਲੀ ਪਿਵਾਉਣ ਵਾਲਾ ਮੇਰਾ ਭਰਾ ਅਲੀ ਦੂਜੀ ਫਜ਼ੀਲਤ ਮਾਲਿਕ ਨੇ ਫਰਮਾਇਆ ਕਿ ਲਿਵਾਉਲ ਹਮਦ ਲੀ ਲਿਵਾਉਲ ਹਮਦ ਮੈਂ ਮੁਸਤਫਾ ਨੂੰ ਅੱਲਾ ਨੇ ਅਤਾ ਕੀਤਾ ਔਰ ਕਹਿੰਦੇ ਚਾਵਣ ਵਾਲਾ ਮੇਰਾ ਭਰਾ ਅਲੀ ਤਾਰੀਖਾਂ ਉਠਾ ਕੇ ਵੇਖੋ ਲਿਬਾਉਲ ਹਮਦ ਕਮ ਅਜ਼ ਕਮ 2000 ਕਰਬਨ ਮੇਰੇ ਫਿਗਰ ਜ਼ਹਿਨ ਵਿੱਚ ਠੀਕ ਹੈ ਕਮ ਅਜ਼ ਕਮ 2000 ਕਿਲੋਮੀਟਰ ਜਾਂ ਉਹ ਲੰਬਾਈ ਦੱਸੀ ਨੇ ਔਰ ਜਿਸ ਦਾ ਬਾਂਸ ਜਿਹੜਾ ਤੁਸੀਂ ਕਲਮ ਲੱਗਾ ਹੋਇਆ ਚਲੋ ਛੋਟੀ ਬਾਂਸ ਹੀ ਹੈ ਨਾ ਜਿਸ ਤੋਂ ਬਾਂਸ ਹੋ ਸੀ ਉਹ ਸੁਰਖ ਜਾਂ ਕੂਦ ਬਣੇ ਕਹਿੰਦਾ ਉਸ ਸੁਰਖ ਜਾਂ ਕੂਦ ਜਿਹਨੇ ਉਹ ਅਲਮ ਹੋ ਸੀ ਨਾ ਲਿਬਾਉਲ ਹਮਦ ਕੋਸ਼ਿਸ਼ ਕਰੇ ਸਨ ਮਗਰ ਨਾਲ ਸੀ ਇੱਕ ਫਰਿਸ਼ਤ ਦੀ ਤਾਕਤ ਦੱਸਾਂ ਤੈਨੂੰ ਖਿਤਾ ਕੌਮ ਲੂਤ ਦਾ ਇੱਕ ਫਰਿਸ਼ਤ ਲਚਾਇਆ ਇਤਨਾ ਬੁਲੰਦ ਕਰਕੇ ਲੈ ਕੇ ਗਿਆ ਜਿਸ ਦੀ ਕੁਕੜਾਂ ਦੀ ਆਵਾਜ਼ਾਂ ਚੌਥੇ ਅਸਮਾਨ ਤੇ ਜਿਬਰੀਲ ਸੁਣ ਜਿਸ ਦੇ ਕੁਕੜਾਂ ਦੀ ਆਵਾਜ਼ਾਂ ਚੌਥੇ ਅਸਮਾਨ ਤੇ ਸੁਣੀਆਂ ਇਤਨਾ ਬੁਲੰਦ ਕਰ ਗਿਆ ਇੱਕ ਫਰਿਸ਼ਤੇ ਦੀ ਤਾਕਤ ਹੈ ਮਾਲਕ ਫਰਮਾਇਆ ਕਈ ਹਜ਼ਾਰ ਫਰਿਸ਼ਤੇ ਨੂੰ ਹੁਕਮ ਦੱਸੋ ਇਹ ਬੁਲੰਦ ਕਰ ਇੱਕ ਅੰਗੋਸਤੇ ਸ਼ਹਾਦਤ ਨਾਲ ਹੁਣ ਖੈਬਰ ਉਡਾਵਣ ਵਾਲਾ ਅਲੀ ਹੱਥ ਨਾਲ ਬੁਲੰਦ ਕਰਕੇ ਅਕਸੀ ਇਹ ਹੈ ਦਰਵਾਜ਼ਾ ਤਾਲਾ ਦਰਵਾਜ਼ਾ ਤੇ ਰਸਤਾ ਦਿੱਤਾ
ਰਾਜ ਰਸਤਾ ਜਿੱਤੇ ਅਲੀ ਬਾਦਸ਼ਾਹ ਦੁਨੀਆਂ ਤੇ ਆਏ, ਅਲੀ ਬਾਦਸ਼ਾਹ ਦੁਨੀਆਂ ਤੇ ਆਏ, ਮਾਲਕ ਫਰਮਾਇਆ ਯਾਦ ਰੱਖੇ ਮੈਂ ਅਲੀ ਨੂੰ ਫਜ਼ੀਲਤ ਉਹ ਅਦਾ ਕੀਤੀ ਹੈ ਜਿੱਥੇ ਮੇਰਾ ਮੁਰਸ਼ਦ ਅਲੀ ਆਏ, ਉੱਥੇ ਸਾਰੀ ਕਾਇਨਾਤ ਮੈਂ ਜੋ ਕਹਾਂ ਤਾਂ ਮੇਰੇ ਗੁਲਾਮ ਅਲੀ ਦੀ ਲਈ ਰੱਬ ਲਾਲਮੀ। ਔਰ ਯਾਦ ਰੱਖੋ, ਚਲੋ ਜੁਮਲਾ ਸਾਹਮਣੇ ਆ ਗਿਆ, ਤ੍ਰੈ ਦਿਨ ਕਿਦੋਂ ਤੱਕ ਕਿਤੇ ਮੈਂ ਤੁਰ ਪਿਆ, ਤ੍ਰੈ ਦਿਹਾੜੇ ਅਲੀ ਬਾਦਸ਼ਾਹ ਦੀ ਉਮਰ ਹੈ, ਤ੍ਰਿਜੇ ਦੇ ਪਾਕ ਰਸੂਲ ਦੀ ਮੁਲਾਕਾਤ ਅਲੀ ਬਾਦਸ਼ਾਹ ਨੂੰ ਹੱਥਾਂ ਵਿੱਚ ਆਈ, ਮੌਲਾ ਇਹਨਾਂ ਅੱਖਾਂ ਬੁਲੰਦਾ ਨਾ ਬੁਲੰਦਾ, ਮੌਲਾ ਦਰਜਾਤ ਬੁਲੰਦਾ ਵੀ ਜਿਹੜਾ ਤੁਸੀਂ ਬਾਦ ਸਾਹਿਬ ਦੇ ਫਰਮਾਨ ਦੇ ਤੁਸੀਂ ਦੁਨੀਆਂ ਦੇ ਬੱਚਾ ਆਵੇ ਸਾਡੇ ਰੋਣ ਤੇ ਪ੍ਰਤਾਪ ਕਰਨ ਦੇ, ਦੁਨੀਆਂ ਦੇ ਬੱਚਾ ਆਵੇ ਜਿਹੜਾ ਬੱਚਾ ਨਾ ਰੋਵੇ ਤਾਂ ਉਤਲੇ ਰੋਂਦੇ, ਦੁਨੀਆਂ ਦੇ ਬੱਚਾ ਆਵੇ ਤੇ ਨਾ ਰੋਵੇ ਤੇ ਮੈਂ ਉਤਲੇ ਰੋਂਦੇ ਨਾ ਮਾਰ ਸਾਹਿਬ ਆਹ ਚੋਣਦੇ ਸੁਬਹ ਸੁਬਹ ਟੈਲੇ ਰੋਂਦੇ ਨਾ, ਤੇ ਜੇ ਬੱਚਾ ਰੋ ਪਵੇ ਤਾਂ ਖੁਸ਼, ਬੱਚੇ ਦੇ ਰੋਣ ਦਲਾਲਤ ਕਰਨ ਦਾ ਜ਼ਿੰਦਾ ਹੈ, ਰੋਵਣ ਦਲਾਲਤ ਕਰਨ ਦਾ ਇੱਕ ਜ਼ਿੰਦਾ ਹੈ, ਸਾਡੇ ਰੋਵਣ ਦੇ ਤਾਰ ਕਰਨ ਵਾਲੇ ਅਸਾਂ ਰੋਂਦੇ ਤਾਂ ਹੈ ਦੁਨੀਆਂ ਨੂੰ ਦੱਸਣੇ ਹੈ ਹੁਸੈਨ ਦੀ ਜ਼ਿੰਦਾ ਹੈਦਰੀ। ਗੱਲ ਤਾਂ ਯਾਦ ਹੈ ਆਪਾਂ ਚਲੋ ਥੋੜੇ ਜਿਹੇ ਪਿੱਛੇ ਰਹਿ ਗਏ, ਸ਼ੁਰੂਆਤ ਪੜੋ ਬਾਬਾ ਪਾਕ ਰਸੂਲ ਨੇ ਅਲੀ ਬਾਦਸ਼ਾਹ ਨੂੰ ਉੱਥੇ ਪਹੁੰਚਾਇਆ, ਪਰ ਮੈਂ ਅਲੀ ਬਾਦਸ਼ਾਹ ਨੇ ਆਖ ਖੋਲੀ, ਪਰ ਮੈਂ ਯਾਰ ਅਲੀ ਤੁਸੀਂ ਆਖਿਆ ਨੀ ਖੋਲੀ, ਪਰ ਮੈਂ ਯਾਰ ਰਸੂਲਾ ਤੁਸੀਂ ਤਾਂ ਜਾਣਦੇ ਹੋ ਮੈਂ ਆਪ ਕਿਵੇਂ ਖੋਲਾਂ, ਦੁਨੀਆਂ ਮੇਰੇ ਜੋਰ ਜ਼ੁਲਮ ਜੋਰ ਨਾਲ ਭਰੀ ਹੋਈ, ਮੇਰੇ ਦਿਲ ਮੈਂ ਪਹਿਲੀ ਅੱਖ ਖੋਲਾਂ ਅੱਲਾ ਦੀ ਰਹਿਮਤ ਲੱਖ ਨਿਗਾਹ ਪਵੇ, ਅੱਲਾ ਦੀ ਰਹਿਮਤ ਨਿਗਾਹ ਪਵੇ, ਦੂਜੇ ਤੁਸੀਂ ਖਾਧਾ ਪੀਤਾ ਕੁਝ ਨਹੀਂ, ਅਲੀ ਬਾਦਸ਼ਾਹ ਮੁਸਕਰਾ ਕੇ ਫਰਮਾਇਆ ਕੁਝ ਮੁਤਾਰੇ ਪਹਿਲਾਂ ਮੁਸਕਰਾ ਕੇ ਫਰਮਾਇਆ ਯਾਰ ਰਸੂਲ ਲਾ ਇਹ ਦੱਸਾਂ ਮਹਿਮਾਨ ਮੈਂ ਅੱਲਾ ਤੋਂ ਅਮਲ ਖਾਵਾਂ ਮੈਂ ਆਪਣੇ ਘਰੋਂ ਮਹਿਮਾਨ ਅੱਲਾ ਤੋਂ ਅਮਲ ਖਾਵਾਂ ਮੈਂ ਆਪਣੇ ਘਰੋਂ, ਮਾਲਕ ਨੇ ਤ੍ਰੈ ਫਜ਼ੀਲਤਾਂ, ਪਹਿਲੀ ਫਜ਼ੀਲਤ ਖਾਨ ਖਾਨਾ ਕਾਬੇ ਚ ਮੈਂ ਮੁਸਤਫਾ ਨਹੀਂ ਆਇਆ ਅਲੀ ਆ, ਦੂਜੀ ਫਜ਼ੀਲਤ ਅੱਲਾ ਨੇ ਮੈਂ ਮੁਸਤਫਾ ਨੂੰ ਐਸੀ ਅਤਾ ਕੀਤੀ, ਮੈਂ ਮੁਸਤਫਾ ਵਰਗਾ ਦਾਮਾਦ ਅੱਲਾ ਨੇ ਅਤਾ ਕੀਤਾ, ਮੁਸਤਫਾ ਵਰਗਾ ਸੁਸਰ, ਮੈਂ ਨਬੀਆਂ ਦਾ ਸੁਲਤਾਨ ਨਬੀ, ਮੈਂ ਅਲੀ ਦਾ ਸੁਸਰ, ਜਿਹੜੀ ਮੈਂ ਮੁਸਤਫਾ ਕੋਲ ਫਜ਼ੀਲਤ ਨੇ, ਤ੍ਰੀਜੀ ਔਰ ਆਖਰੀ ਫਜ਼ੀਲਤ ਮਾਲਕ ਨੇ ਮੇਰੇ ਬਿਰਾ ਅਲੀ ਨੂੰ ਇਹੋ ਜਿਹੀ ਦਿੱਤੀ ਹੈ ਦੁਨੀਆ ਤੇ ਜ਼ਿੰਦਗੀ ਗੁਜ਼ਾਰਨ ਵਾਸਤੇ ਜ਼ੌਜਾ ਬਤੂਲ ਜੈਸੀ ਅਤਾ ਕੀਤੀ, ਬਤੂਲ ਜੈਸੀ ਅਤਾ ਅੱਖ ਤੋਂ ਹੋਇਆ ਨਾ ਪਾਕ ਰਸੂਲ ਅਲੀ ਬਾਦਸ਼ਾਹ ਦਾ ਜਿਹੜੇ ਅੱਖ ਤੋਂ ਹੋਇਆ ਨਾ ਮਰ ਸੀ ਆਖਰੀ ਟਾਈਮ ਬਤੂਲ ਦਾ ਆਏ ਤਾਂ ਅਲੀ ਬਾਦਸ਼ਾਹ ਇਤਨਾ ਰੁੱਤਾ ਹੈ ਇਤਨਾ ਰੁੱਤਾ ਹੈ ਬੀਬੀ ਅੱਗੇ ਯਾ ਅਲੀ ਤੁਸੀਂ ਰੋਂਦੇ ਕਿਉਂ, ਪਰ ਮੈਂ ਰੋਂਦਾ ਇਸ ਵਾਸਤੇ
ਅੱਲਾਹ ਦੀ ਤਰਫੋਂ ਕਾਨੂੰਨ ਨੇ ਤੁਹਾਡੇ ਬਾਬੇ ਮੁਸਤਫਾ ਦਾ ਫਰਮਾਨ ਸ਼ਰੀਅਤ ਅਮਾਨਤ ਜਿਸ ਹਾਲਤ ਨੂੰ ਲੈ ਦਿੰਦੀ ਉਸ ਹਾਲਤ ਵਾਪਸ ਲੈ ਦਿੰਦੀ ਹੈ। ਇਹ ਬਤੌਰ ਮੈਂ ਆਖਰੀ ਟਾਈਮ ਰਮਦਸ ਵਾਸਤੇ ਹਾਂ, ਮੇਰਾ ਤੁਹਾਡੇ ਤੋਂ ਮੇਰਾ ਆਖ ਹੋਏ ਨਾ, ਮੇਰਾ ਰਸੂਲ ਮੇਰੀ ਭਾਂ ਪਕੜ ਕੇ ਲੈ ਕੇ ਜਾਂਦੀ ਪਰ ਮੈਂ ਤੁਸੀਂ ਆ ਨਹੀਂ ਇਸਨੂੰ ਸੋਚਿਆ ਨਹੀਂ ਸਮਝੇ ਇਸਨੂੰ ਮੈਂ ਮੁਹੰਮਦ ਦੀ ਅਮਾਨਤ ਸਮਝੀ। ਅੱਜ ਮੈਂ ਰੋਂਦਾ ਇਸ ਵਾਸਤੇ ਅਮਾਨਤ ਜਿਸ ਹਾਲਤ ਵਿੱਚ ਲਵੀਂਦੀ ਹੈ ਉਸ ਹਾਲਤ ਵਿੱਚ ਵਾਪਸ ਕਰੀਂਦੀ ਹੈ। ਰੋਂਦਾ ਇਸ ਵਾਸਤੇ ਯਦੁੱਲਾ ਦੇ ਹਾਥੀ ਮੌਜੂਦ ਹਨ ਤੇ ਬਤੌਰ ਨੂੰ ਲੋਕ ਮਰਿੰਦੇ ਰਹੇ ਮਾਲਿਕ ਤੁਹਾਡੀ ਹੈ ਕਬੂਲ ਫਰਮਾ। ਕਰਬਲਾ ਦੀ ਇਬਤਦਾ ਹੀ ਬਤੂਲ ਦਾ ਦਰਵਾਜ਼ਾ, ਕਰਬਲਾ ਦੀ ਇਬਤਦਾ ਹੀ ਬਤੂਲ ਦਾ ਦਰਵਾਜ਼ਾ। ਕੱਲ ਮੈਂ ਇੱਥੇ ਛੋੜਿਆ ਹੀ ਵਸਦਾ ਹੁਸੈਨ ਮਦੀਨਾ ਛੋੜਿਆ, ਸਾਡੇ ਰੋਮਾਂ ਦੇ ਮੌਸਮ ਐਜ਼ ਅ ਸੀਨੀਅਰ ਨੂੰ ਸ਼ੁਕਰ ਗੁਜ਼ਾਰ ਮੈਂ ਤੁਹਾਡਾ ਮਮਨੂਨ ਉਸਦੇ ਘਰ ਛੋੜ ਕੇ ਮਿੱਟੀ ਤੇ ਬਹਿ ਕੇ ਬਤੌਰ ਦੇ ਪੁੱਤਰ ਨੂੰ ਰੋਣਾ ਆਇਆ। ਦੁਨੀਆਂ ਵਿੱਚ ਮਤਲਬ ਕੋਈ ਕੰਮ ਨਾ ਦੇਖੋ, ਹਰ ਪਾਸੇ ਮੋਮਿਨ ਦੇ ਦਿਲ ਹੀ ਅਜ਼ਾਦ, ਹਰ ਪਾਸੇ ਨਿਗਾਹ ਚੰਗ ਮਰਮ ਚੜੇ ਤਾਂ ਹਰ ਪਾਸੇ ਮਾਰ ਸਭ ਨਿਗਾਹ ਕਰੋ ਨਾ, ਜਿਹੜਾ ਮੋਮਿਨ ਉਸ ਨੇ ਉਸ ਨੂੰ ਮੇਰਾ ਤੋਂ ਮੇਰਾ ਨਾਲ ਸਿੱਖ ਲਿਆ ਸੀ ਹਰ ਸ਼ਾਇਦ ਮੇਰਾ ਮੇਰਾ ਨਜ਼ਰ ਆਇਆ। ਯਾਦ ਰੱਖੋ ਵੀ ਚੰਗ ਮੁਹਰਮ ਵਿੱਚ ਚੜਿਆ ਨਾ ਮਦੀਨਾ ਦੇ ਲੋਕਾਂ ਨੇ, ਜਦੋਂ ਚੰਗ ਮੁਹਰਮ ਵਿੱਚ ਚੜਦਾ ਹੈ ਤਾਂ ਸਾਨੂੰ ਅਸਮਾਨ ਦਿਖਾਈ ਦੇਣਾ ਪੈਂਦਾ, ਛੇਵੇਂ ਇਮਾਮ ਦੇ ਨੇੜੇ ਚੁੜੈਣ ਇੰਨੇ ਬੁਲੰਦ ਹੁੰਦੇ ਸਾਨੂੰ ਪਤਾ ਲੱਗ ਪੈਂਦਾ ਇਸਲੀਏ ਦੇ ਉਜੜਨ ਦੇ ਮੌਸਮ ਆ ਗਏ। ਤ੍ਰੈ ਘੰਟੇ ਦੇ ਬਾਅਦ ਕਲਮੇ ਤੇ ਛੋੜੇ ਦਰਬਾਰ ਫਰੀਦ ਚ ਵਾਪਸ ਵੱਲੇ ਅਕਬਰ ਦਾ ਬਾਬਾ ਦੋਵੇਂ ਧੀਆਂ ਬਤੂਲ ਦੀਆਂ ਦਰਵਾਜ਼ੇ ਤੇ ਖਲੀਆਂ ਸਰਕਾਰੀ ਅਬਦੁੱਲਾ
ਸ਼ਮਸ਼ੀਓ ਦੀ ਮਾਂ ਹੋਣ ਤੇ ਮੁਹੰਮਦ ਦੀ ਮਾਂ ਸਾਹਿਬਾਂ ਮਿੱਟੀਆਂ ਤੇ ਬਹਿ ਗਈ। ਅਜਾ ਬਤੂ ਸੋਹਣੀ ਹੈ ਕਿ ਤੇ ਬਤੂਲ ਦੀ ਧੀ ਦਾ ਮਿੱਟੀ ਤੇ ਬਹਿ ਕੇ ਰੋਣ ਬੜਾ ਕੀਮਤ ਰੱਖਦਾ ਮਸਲਾ ਵੇਖਾ ਨਾ ਮਿੱਟੀਆਂ ਤੇ ਬਹਿਣਾ ਹੈ ਜਿਵੇਂ ਜੋ ਬਿਸਤਰ ਬਿਮਾਰੀ ਦੇ ਸਰਕਾਰੀ ਅਬਦੁੱਲਾ ਲੇਟੇ ਪੁੱਤਰ ਵੇਖਿਆ ਤੂੰ ਬਾਬਾ ਉਹ ਵੇਖ ਸਾਡੀ ਮਾਂ ਮਿੱਟੀ ਤੇ ਬਹਿ ਕੇ ਰੋਂਦੀ ਬੈਠੀ ਦੁਆ ਮੰਗੀ ਕਰੋ ਜਿਸ ਨੂੰ ਮੰਗਣ ਦਾ ਵਾਰ ਨਾ ਆਵੇ ਉਸ ਨੂੰ ਮੰਗਣਾ ਨਾ ਪਵੇ ਇਸਤਕਬਾਲ ਕੀਤਾ
ਹਰ ਆਸਮੀ ਜਵਾਨ ਦੇ ਸਾਹਮਣੇ ਹੱਥ ਬੰਨ ਕੇ ਆਦਾ ਇਜਾਜ਼ਤ ਲੈ ਛੋੜੀਏ ਇੱਕ ਗੱਲ ਦਾ ਮੈਂ ਜਵਾਬ ਦੇ ਕੇ ਤੁਰ ਵਾਂਗਾ ਉਹ ਗੱਲ ਕਿਹੜੀ ਫਰਮੈਨ ਅੱਜ ਜਿਤਨੇ ਆਸਮੀ ਜਵਾਨ ਤੁਸੀਂ ਬਤੂਲ ਦੇ ਦੀਨ ਨੂੰ ਇਸ ਤਰ੍ਹਾਂ ਦੇ ਨਾਲ ਲਮਣ ਆਇਓ ਕੱਲ ਛੋੜਨ ਆਸੋ ਮਾਲਿਕ ਤੁਹਾਡੀ ਇਬਾਦਤ ਕਬੂਲ ਫਰਮਾਵੇ ਮਾਲਿਕ ਦਿਆ ਹੁਸੈਨ ਮਾਲਿਕ ਸੈਯਦਾ ਤੁਹਾਡੇ ਪੁਰਸੇ ਕਬੂਲ ਫਰਮਾਵੇ ਕੱਲ ਛੋੜਨ ਆਸੋ ਉਹ ਜਵਾਨਾਂ ਬਜ਼ੁਰਗੋ ਕਿਤਨਾ ਤੁਸੀਂ ਰੋਣਾ ਤੇ ਕਿਤਨਾ ਪੜਨਾ ਸਾਂ ਸਾਰੇ ਆਸਮੀ ਜਵਾਨ ਕੰਡ ਕਰਕੇ ਰੋਣੇ ਹੁਸੈਨ ਦੀ ਪੱਗ ਦਾ ਵਾਰਿਸ ਨਜਾਦ ਅੱਗੇ ਵੱਜ ਗਿਆ ਦਾ ਚਾਚਾ ਕੋਈ ਬੱਲੇ ਨਾ ਮੱਲੇ ਮੈਂ ਜਾਣਾ ਪੁਪਿਆਲੀਆ ਜਾਣੇ ਸ਼ਾਮ ਜਾਣੇ ਚਾਚਾ ਇੱਕ ਗੱਲ ਮੈਂ ਤੁਹਾਡੇ ਕੋਲ ਪੁੱਛਦਾ ਅੱਜ ਤੁਸੀਂ ਜਿਵੇਂ ਟੁਰੇ ਦੇ ਪਏ ਹੋ ਮੈਂ ਲੈ ਆ ਸਾਂ ਮੈਨੂੰ ਇੱਕ ਗੱਲ ਇਨਸਾਫ਼ ਨਾਲ ਦੱਸੋ ਜਦੋਂ ਮੈਂ ਲੈ ਆ ਸਾਂ ਤੁਸੀਂ ਪਹਿਚਾਣ ਲੈ ਸੋ ਮਾਲਿਕ ਤੁਹਾਡੇ ਪੁਰਸੇ ਕਬੂਲ ਫਰਮਾਵੇ ਮਾਲਿਕ ਇਬਾਦਤ ਕਬੂਲ ਫਰਮਾਵੇ ਜਿਵੇਂ ਲੈ ਆ ਸੋ ਪਹਿਚਾਣ ਲੈ ਸੋ ਬਿਰਾਵਾਂ ਦੇ ਜੁਰਮ ਅਟੇ ਚ ਮਾਰ ਸਾਹਿਬਾਨ ਬਤੂਲ ਦੀ ਧੀ ਤੁਰੀ ਹਵੇਲੀ ਜਾਫਰ ਤਿਆਰ ਤੂੰ ਆਪਣੀ ਹਵੇਲੀ ਹਵੇਲੀ ਜਾਫਰ ਤਿਆਰ ਤੂੰ ਆਪਣੀ ਹਵੇਲੀ ਬਿਰਾਵਾਂ ਦੇ ਜੁਰਮ ਅਟੇ ਚ ਦੋਵੇਂ ਧੀਆਂ ਬਤੂਲ ਦੀਆਂ ਦੋ ਧੀਆਂ ਮੇਰੀ ਸਹਿਣ ਪਾਕ ਪੱਤਣ ਤੇ ਟਿਕਾਂਗੀ ਦੋ ਪੁੱਤਰ ਮਾਲ ਲੈਂਗੇ ਨਾ ਜਾਫਰ ਤਿਆਰ ਹੋਣ ਤੇ ਮੁਹੰਮਦ ਨੂੰ ਪਕੜ ਕੇ ਨਾ ਪਾ ਬਤੂਲ ਦੀ ਧੀ ਤੇ ਹੱਥ ਤੇ ਰੱਖਿਆ ਫਿਰ ਮੈਂ ਮਹਾਂ ਤੇ ਮੁਹੰਮਦ ਦੀ ਤੁਸਾਂ ਤੋਂ ਮੈਂ ਦੋ ਸਫ਼ਰ ਤੇ ਤੁਹਾਡਾ ਹੁਸੈਨ ਮੇਰਾ ਹੈ ਤੁਹਾਨੂੰ ਬਹੁਤ ਪਿਆਰਾ ਤੇ ਤੇਰੇ ਨਾਲ ਦੀ ਸ਼ਰੀਅਤ ਕੋਈ ਮੁਸ਼ਕਿਲ ਵੇਲਾ ਆਵੇ ਤਾਂ ਸਦਕਾ ਦਵਿੰਦਾ ਹੈ ਮਾਲਿਕ ਤੇਰੀ ਇਬਾਦਤ ਕਬੂਲ ਫਰਮਾ ਕੋਈ ਮੁਸ਼ਕਿਲ ਵੇਲਾ ਆਵੇ ਤਾਂ ਸਦਕਾ ਦਵਿੰਦਾ ਹੈ ਦੋ ਪੁੱਤਰਾਂ ਨੂੰ ਨਾਲ ਪਿਆ ਬਜਾਣਾ ਆਉਣ ਨੂੰ ਆਪਣੇ ਹਿੱਸੇ ਤੋਂ ਕੁਰਬਾਨ ਕਰ ਛੋੜੇ ਮੁਹੰਮਦ ਨੂੰ ਅਬਦੁੱਲਾ ਦੇ ਹਿੱਸੇ ਤੋਂ ਮਾਲਿਕ ਤੁਹਾਡੀ ਆਇਆ ਕਬੂਲ ਫਰਮਾਵੇ ਬਤੂਲ ਦੇ ਦੇ ਮੈਂ ਤੋਂ ਤਿਆ ਤਿਆ ਕਿਆ ਜੇ ਚਾਚਾ ਚਾਚੇ ਦੇ ਆਇਆ ਤੇਰਾ ਏਸਾਨ ਚਾਚੇ ਜਾਇਆ ਤੇਰਾ ਸ਼ੁਕਰੀਆ ਜਵਾਨੋ ਬਜ਼ੁਰਗੋ ਬਤੂਲ ਦੀ ਧੀ ਬਿਰਾਵਾਂ ਦੇ ਜੁਰਮ ਚ ਟੁਰੀ ਦੋ ਧੀਆਂ ਟਿਕਾ ਕੇ ਗਈ ਹੈ ਮੇਰੇ ਸਾਹਿਬ ਪਾਕ ਬਤੂਲ ਦੋਵੇਂ ਧੀਆਂ ਨੂੰ ਪਤਾ ਲੱਗ ਗਿਆ ਜੇ ਲਿਆਉਣ ਤੇ ਮੁਹੰਮਦ ਨੂੰ ਲੈ ਕੇ ਮੇਰੀ ਮਾਂ ਵਹਿੰਦੀ ਪਈ ਹੈ ਦੋਵੇਂ ਧੀਆਂ ਦਰਵਾਜ਼ੇ ਤੇ ਆਈਆਂ ਇੱਕ ਦੀ ਸੱਜੇ ਦੂਜੀ ਦੀ ਖੱਬੇ ਦਿਲ ਸੋਚ ਕੇ ਇਸ ਵਾਸਤੇ ਖਲੋਟੀਆਂ ਖਲੋਤੀਆਂ ਕਿ ਚਲੋ ਅਮਾ ਨਾਲ ਨਹੀਂ ਲੈ ਪੈਂਦੀ ਜਿਹੜੇ ਪੈਸੇ ਪੰਜਾਂ ਦਾ ਹੀ ਥੋੜੇ ਸੀ ਚਲੋ ਤੁਰਦੇ ਵੇਲੇ ਮਿਲ ਕੇ ਤਵੇ ਸੀਗਾ ਉਹ ਜਮਾਨਾ ਬਜ਼ੁਰਗਾਂ ਜਿਹੜੇ ਬਿਰਾਵਾਂ ਦੇ ਜੁਰਮ ਅੱਡੇ ਚ ਬਤੂਲ ਦਿੱਤੀ ਹਵੇਲੀ ਮੁਜ਼ਾਫਰ ਤਿਆਰ ਦਾ ਦਰਵਾਜ਼ਾ ਖਰਾਸ ਕੀਤਾ ਚਾਰ ਜਾਂ ਪੰਜ ਕਦਮ ਮਾਰ ਸਾਹਿਬ ਚਾਹੇ ਨੇ ਵੱਡੀ ਥੀ ਸੱਜੇ ਜਾਣੀ ਹੈ ਛੋਟੀ ਖੱਬੇ ਜਾਣੀ ਹੈ ਸਰਕਾਰ ਅਬਦੁੱਲਾ ਫਰਮਾਏ ਮਾਂ ਤੇ ਮੁਹੰਮਦ ਦੀ ਇੱਕ ਵਾਰੀ ਵਾਪਸ ਆ ਵਾਪਸ ਆਈ ਕਿ ਜਿੱਥੇ ਦੀਆਂ ਵਰਸ਼ ਚ ਤਲੀਆਂ ਮਲੀਆਂ ਕਸ਼ਤ ਵਫਾਕਾ ਹੋਇਆ ਦੀਆਂ ਨੂੰ ਪਿਆਰ ਕਰ ਕਦੇ ਮੇਰੀ ਦੀ ਖਰੀਅਤ ਦੀਆਂ ਵੇਖਿਆ ਦੀ ਅੰਮਾ ਸਾਡਾ ਕਸੂਰ ਵੀ ਦੇ ਅੰਮਾ ਸਾ ਆਖੇ ਤੁਹਾਡੇ ਨਾਲ ਰਹਿੰਦੇ ਅੰਮਾ ਇਹ ਤੇ ਸਵਾ ਸਜਾ ਨਹੀਂ ਆਖੇ ਅਸੀਂ ਤੁਹਾਡੇ ਨਾਲ ਰਹਿੰਦੇ ਅਮਾ ਅਸਲ ਦਰਵਾਜ਼ੇ ਤੇ ਖੜੀਆਂ ਸੇ ਤੁਰਦ ਵੇਲੇ ਮਿਲ ਕੇ ਤੇ ਮੰਦੇ ਆ ਹਾਲੇ ਕਾਇ ਕਬੂਰ ਨੂੰ ਤੁਰਦ ਵੇਲੇ ਮਿਲ ਕੇ ਤੇ ਮੰਦੇ ਆ ਬਤੂਲ ਦੇ ਦੇ ਵੇਖਿਆ ਦੇ ਮੇਰੇ ਨਿਆ ਮੈਨੂੰ ਮਾਫ ਕਰੇ ਸੋ ਸੱਚੀ ਪੁੱਛੋ ਮੈਨੂੰ ਬਿਰਾਵਾਂ ਦੀ ਮੁਹੱਬਤ ਚ ਮਿਲਣਾ ਯਾਦ ਹੀ ਨਹੀਂ ਰਿਹਾ ਜਿਨਾ ਕਿਸਾ ਬਿਰਾਵਾਂ ਦੀ ਮੁਹੱਬਤ ਚ ਮਿਲਣਾ ਯਾਦ ਹੀ ਨਹੀਂ ਰਿਹਾ ਮੈਂ ਜਵਾਨਾਂ ਬਜ਼ੁਰਗੋ ਉਸ ਵੇਲੇ ਦੀਆਂ ਵੇਖਿਆ ਦੀ ਅੰਮਾ ਬਿਰਾ ਹਰ ਕਿਸੇ ਨੂੰ ਪਿਆਰੇ ਹੁੰਦੇ ਨਾ
ਅਮਾ ਜਿਵੇਂ ਤੈਨੂੰ ਮੇਰਾ ਪਿਆਰ ਹੈ ਨਾ, ਸਾਨੂੰ ਮੁਹੰਮਦ ਬਹੁਤ ਪਿਆਰ ਹੈ ਨਾ, ਅਮਾ ਫਰਕ ਹੈ ਤੇਰੇ ਵਿਰਾਹ ਤੇਰੇ ਨਾਲ ਪਵੇਂਦੇ ਨਾ, ਸਾਡਾ ਉਹ ਟੁਰ ਗਿਆ, ਸਾਡਾ ਮੁਹੰਮਦ ਟੁਰ ਗਿਆ। ਜਵਾਨਾਂ ਬਜ਼ੁਰਗੋ ਆਪਣੀ ਹਵੇਲੀ ਚੁਆਈ, ਸ਼ਬੀਰ ਫਰਮਾਨ ਪਾਸ ਤਿਆਰੀ ਹੋ ਗਈ, ਚੰਦਰੇ ਮਾਰੋ ਚਾਬੀਆਂ ਮੇਰੀ ਧੀ ਸੁਗਰਾ ਦੇ ਹੱਥ ਰੱਖੋ। ਜਵਾਨਾਂ ਬਜ਼ੁਰਗੋ ਜਿਹੜੇ ਨਿਕਲਦਾ ਈ ਚਾਬੀਆਂ ਬਿਮਾਰ ਦੇ ਹੱਥ, ਬਿਮਾਰ ਦੀ ਕਿਹੜੀ ਹਾਲਤ ਰਸਤੇ ਤੇ ਬੈਠੀ ਹੋਈ ਏ। ਸ਼ਬੀਰ ਫਰਮਾਨ ਤਿਆਰੀ ਹੋ ਗਈ, ਚੰਦਰੇ ਮਾਰੋ ਚਾਬੀਆਂ ਮੇਰੀ ਧੀ ਸੁਗਰਾ ਦੇ ਹੱਥ ਰੱਖੋ। ਜਿਹੜਾ ਵੀ ਪੈਰ ਨਿਕਲਦਾ ਮਾਰ ਸਾਹਿਬ ਚਾਬੀਆਂ ਬਿਮਾਰ ਦੇ ਹੱਥ ਰੱਖਿਆ, ਸਰ ਤੇ ਪਿਆਰ ਦਾ ਹੱਥ ਰੱਖਿਆ, ਦਰਦ ਪੈਰ ਬੰਨਿਆ। ਪਹਿਲਾ ਪਹਿਲਾ ਸਰ ਤੇ ਹੱਥ ਆਇਆ ਬਿਮਾਰ, ਪੁੱਛਿਆ ਕੌਣ ਹੈ ਤੇਰਾ ਚਾਚਾ ਅਬਾਸ, ਅਜੇ ਚਾਚਾ ਕਿਹੜਾ ਫਰਕ ਆਈ ਜੋ ਲਿਸਟ ਚ ਗਰੀਬਾਂ ਦਾ ਨਾਮ ਲਿਖਦੇ ਹੋਇਆ। ਰੋ ਗਿਆ ਦਾ ਬੀਬੀ ਮੈਂ ਤਾਂ ਤੁਹਾਡਾ ਵੀ ਨੌਕਰਾਂ, ਤੁਹਾਡੇ ਬਾਬੇ ਦਾ ਵੀ ਨੌਕਰਾਂ, ਲਿਖਾਵਣ ਵਾਲਾ ਤੁਹਾਡਾ ਬਾਬਾ, ਲਿਖਣ ਵਾਲਾ ਤੁਹਾਡਾ ਨੌਕਰਾਂ। ਉਹ ਜਵਾਨੋ ਮਾਤਮਿਓ ਬੀਬੀਆਂ ਦੀ ਇੱਕ ਫਸਲ ਦਾ ਰੱਖੋ ਵੇ, ਜਿਹੜੀ ਦੇ ਹੱਕ ਦੁਆ ਕਰੇ। ਅੱਬਾਸ ਮਾਰ ਸਾਹਿਬ ਚਾਬੀਆਂ ਬਿਮਾਰ ਦੇ ਹੱਥ ਰੱਖਿਆ, ਸਰ ਤੇ ਪਿਆਰ ਦਾ ਹੱਥ ਰੱਖਿਆ, ਬੈਰ ਟੁਰੇ ਦੂਜਾ ਸਰ ਤੇ ਹੱਥ ਬਿਮਾਰ, ਪੁੱਛਿਆ ਕੌਣ ਹੈ, ਹੌਲੇ ਹੌਲੇ ਆਵਾਜ਼ ਆਈਏ ਤੇਰਾ ਵੱਡਾ ਵਿਰਾ ਸਜਾਦ, ਜੁੜੀ ਦੇ ਆਗ ਦੁਆ ਕਰੇ। ਵਾ ਤਗਲਾ ਸਰ ਤੇ ਆਇਆ ਬਿਮਾਰ, ਪੁੱਛਿਆ ਕੌਣ ਹੈ, ਜਵਾਨਾਂ ਬਜ਼ੁਰਗਾਂ ਕੋਈ ਜਵਾਬ ਨਹੀਂ ਆਇਆ। ਦੂਜੀ ਦਫ਼ਾ ਬੋਲ ਗਿਆ ਜੇ ਮੇਰਾ ਮੈਲਾ ਚੋਲਨ ਵੇ ਕਾਦਾ, ਮੈਂ ਵੀ ਉਸ ਦੀਦੀ ਫਿਜ਼ਾਰਾ ਗਿਆ ਜੀ ਸੁਰਾ, ਜਿਹੜਾ ਨੀ ਬੁਲੈਂਦਾ ਇਸੇ ਦਾ ਬਿਰਾ ਅਕਬਰ, ਜਵਾਨਾਂ ਅਕਬਰ ਦਾ ਨਾਮ ਆਇਆ। ਜਲਦੀ ਦੇ ਨਾਲ ਮਿੱਟੀਆਂ ਤੋਟੀ ਹੈ ਦੋ ਚੰਗਾ ਕੇ ਵੀ ਮਿੱਟੀ ਸਾਫ਼ ਕਰਨੀ ਸ਼ੁਰੂ ਕੀਤੀ ਹੈ। ਰੋ ਰੋ ਗਿਆ ਜੀ ਅਕਬਰ ਪਹਿਲਾ, ਅਕਬਰ ਪਹਿਲਾ ਪੈਰਾਂ ਤੇ ਮੂੰਹ ਚ ਰੱਖਿਆ, ਰੋ ਰੋ ਗਿਆ ਦੀ ਮਾਂ ਮਰ ਵਜੇ ਭੈਣ ਮਰ ਵਜੇ, ਜਦੋਂ ਵਾਪਸ ਆਵੇ ਉਜੜੀ ਦਾ ਜਮਾ ਦਾ ਇੱਕ ਵੀ ਹੈ ਅਦੀ ਤੈ ਟੁਰ ਵਜਣੇ ਮਰ ਵਜਣਾ। ਮਾਲਿਕ ਇਬਾਦਤ ਕਬੂਲ ਫਰਮਾਵੇ। ਅਕਬਰ ਚਾਬੀਆਂ ਰੱਖੀਆਂ, ਟੁਰ ਗਿਆ ਵਾ ਤਗਲਾ ਸਰ ਤੇ ਹੱਥ ਆਇਆ ਬਿਮਾਰ, ਪੁੱਛਿਆ ਕੌਣ ਹੈ, ਹੌਲੇ ਹੌਲੇ ਆਵਾਜ਼ ਆਈ ਹੈ ਤੇਰੀ ਵੱਡੀ ਫੁੱਫੀ ਉਮਰ ਮਸਾਹਿਬ, ਉਹ ਜਵਾਨੋ ਮਾਤਮਿਓ ਸਰ ਤੇ ਪਿਆਰ ਦਾ ਹੱਥ ਰੱਖਿਆ, ਚਾਬੀਆਂ ਰੱਖੀਆਂ ਟੁਰ ਗਏ, ਅਗਲਾ ਸਰ ਤੇ ਹੱਥ ਆਇਆ ਬਿਮਾਰ, ਪੁੱਛਿਆ ਕੌਣ ਹੈ, ਹੌਲੇ ਹੌਲੇ ਆਵਾਜ਼ ਆਈ ਹੈ ਤੇਰੀ ਬੇ ਔਲਾਦ ਫੁੱਫੀ ਉਮੈ ਕੁਲਸੂਮਾ, ਉਹ ਜਵਾਨੋ ਮਾਤਮਿਓ ਤਗਲਾ ਸਰ ਤੇ ਹੱਥ ਆਇਆ ਬਿਮਾਰ, ਪੁੱਛਿਆ ਕੌਣ ਹੈ, ਹੌਲੇ ਹੌਲੇ ਆਵਾਜ਼ ਆਈ ਹੈ ਮੇਰਾ ਬੁਬੀਆਂ ਲਾ ਦਾਵਾ ਨਹੀਂ, ਆਦੀ ਮੈਂ ਤੁਹਾਡੇ ਨੌਕਰ ਅਬਾਸ ਦੀ ਭੈਣ, ਆਬਾਦ ਰਹੋ। ਮਾਲਕ ਤੇਰੇ ਪੁਰਸੇ ਕਬੂਲ ਫਰਮਾਵੇ, ਮਾਲਕ ਇਬਾਦਤ ਕਬੂਲ ਫਰਮਾਵੇ। ਬੇਬੀ ਆਦੀ ਮੇਰਾ ਬੁਬੀਆਂ ਲਾ ਦਾਵਾ ਨਹੀਂ, ਮੈਂ ਤੁਹਾਡੇ ਨੌਕਰ ਅਬਾਸ ਦੀ ਭੈਣ। ਜਵਾਨੋ ਮਾਤਮਿਓ ਸ਼ਬੀਰ ਫਰਮਾਨ ਅਬਾਸ ਸਾਰੇ ਆ ਗਏ, ਮੌਲਾ ਇੱਕ ਨਹੀਂ ਆਈ ਕਾਂ ਅਸਗਰ ਦੀ ਮਾਰ ਬਾਤ ਸੈਯਦ ਆਦਰ ਹਾਲਤ ਕਿਹੜੀ ਹੈ, ਅਸਗਰ ਨੂੰ ਹੱਥਾਂ ਚ ਆਇਆ
ਉਂਗਲੀ ਮਾਸੂਮਾਂ ਦੀ ਪਕੜੀ ਹੋਈ, ਕਿਆ ਵੇਲੇ ਦਰਵਾਜ਼ਾ ਬੰਦ ਕਰਦੀ ਹੈ, ਕਿਆ ਵੇਲੇ ਖੁੱਲ੍ਹਦੀ ਹੈ। ਸਯਦਾ ਦਾ ਰਬਾਬ ਦੇ ਨਾਲ ਨਹੀਂ ਮੰਜਣਾ ਦਸ ਅਰਮਿੰਦ ਮੇਰੀਆਂ ਸ਼ਹਾਦਤਾਂ ਦਾ ਮੁਕੰਮਲ ਹੈ। ਉਹ ਜਮਾਨੋ ਮਤ ਵੀ ਆਓ ਬੀਬੀਆਂ ਦੇ ਮੌਲਾ, ਮੈਂ ਕੋਈ ਬਤੂਲ ਦੀਆਂ ਧੀਆਂ ਨਾਲੋਂ ਚੰਗੀਆਂ ਮੌਲਾ ਸਫ਼ਰ ਤੇ ਵੈਲੀ ਪਈਆਂ ਤੇ ਮੈਂ ਘਰੇ ਚ ਮੌਲਾ ਕੀ ਕਰਾਂ। ਉਹ ਸਾਹਮਣੇ ਵੇਖ ਦਰਵਾਜ਼ੇ ਤੇ ਬਿਮਾਰ ਬੈਠੀ ਹੋਈ ਹੈ ਮੌਲਾ, ਮਗਰ ਮੈਂ ਜਦੋਂ ਚਾਬੀਆਂ ਰੱਖਾਂ ਸਰ ਤੇ ਪਿਆਰ ਦਾ ਹੱਥ ਰੱਖਾਂ, ਮੈਂ ਤਾਂ ਇੰਜ ਲਾ ਕੇ ਅੰਮਾ ਤੂੰ ਵਿਛੋੜੀ ਬਣੀ ਅੰਮਾ, ਅੱਜ ਮੇਰੀ ਸਖੀ ਮਾਂ ਹੋਇਆ ਮੈਨੂੰ ਖੁੱਲਿਆ ਛੋੜ ਕੇ ਨਾ ਵਧੀਆ। ਸਯਦਾ ਦੇ ਰਬਾਬ ਮੈਂ ਧੀ ਦੇ ਸਾਹਮਣੇ ਮਨ ਖੜਨ, ਮੈਂ ਧੀ ਨਾਲ ਗੱਲ ਕਰੇ ਸੀ, ਮੇਰੀ ਧੀ ਮੇਰੇ ਨਾਲ ਮਸਰੂਫ ਹੋਈ ਸੀ, ਮੈਂ ਤੁਹਾਨੂੰ ਇਸ਼ਾਰਾ ਕਰੇ ਸਾਂ ਤੂੰ ਚਾਬੀਆਂ ਰੱਖਿਆ ਤੇ ਟੁਰ ਵਜੇ ਰੁਕ ਗਈ ਰਬਾਬ ਟੁਰ ਪਏ ਹੁਸੈਨ, ਧੀ ਦੇ ਸਾਹਮਣੇ ਆ ਗਿਆ ਦਿਲ ਮੇਰੀ ਧੀ ਸੁਗਰਾ ਅਜੀ ਜੀ ਕਰਾ ਨਿੱਕੇ ਸਕੇ ਨਾ ਦਾ ਬਾਬਾ ਇਮਾਮਾਦਨ ਸੁਬਰਾ ਦੀ ਅਜੀ ਕਰਾ ਵੇ ਕੁਬਰਾ ਦਾ ਬਾਬਾ, ਇਮਾਮ ਤ੍ਰਿਜ ਦੇ ਬੋਲ ਕੇ ਆਦਮ ਸੁਬਰਾ ਦੀ ਅਜੀ ਕਰਾ ਵੇ ਅਖਬਾਰ ਦੇ ਅਸਗਰ ਦਾ ਬਾਬਾ, ਇਮਾਮਾਦਨ ਹੋ ਸਕਦਾ ਕਿ ਆਪਣਾ ਨਾ ਚਾਵੇ ਇਮਾਮਾਦਨ ਸੁਬਰਾ ਆਦੀ ਅਜੀ ਕਰਾ ਵੇ ਸੱਜਾ ਤੇ ਅਖਬਾਰ ਦਾ ਬਾਬਾ, ਇਮਾਮਾਦਨ ਸੁਬਰਾ ਦੀ ਅਜੀ ਕਰਾ ਜ਼ੈਨਬ ਕੁਰਸੂਮ ਦਾ ਵੀ ਆਦਮ ਸੁਬਰਾ ਹਰ ਕਈ ਦਨਾ ਚਾਹੇ ਤੇਰਾ ਕੁਝ ਨਾ ਲੱਗਦਾ ਆਦੀ ਬਾਬਾ ਧੀਆਂ ਜਿਨ੍ਹਾਂ ਨੂੰ ਨਾਲ ਕੀਤੀ ਲੈਣਾ, ਓ ਬਾਬਾ ਲੁਕੀਆਂ ਹਵੇਲੀਆਂ ਮੈਂ ਬਿਮਾਰ ਆਬਾਦ ਰਹੋ। ਮਾਲਿਕ ਇਬਾਦਤ ਕਬੂਲ ਫਰਮਾਵੇ, ਮਾਲਿਕ ਕੁਰਸੇ ਕਬੂਲ ਫਰਮਾਵੇ। ਜਵਾਨੋ ਬਜ਼ੁਰਗੋ ਸਬੀਰ ਇਸ਼ਾਰਾ ਕੀਤਾ ਰਬਾਬ ਚਾਬੀਆਂ ਰੱਖੀਆਂ ਟੁਰ ਗਏ, ਨਾਵੇਂ ਕਦਮ ਤੇ ਮਾਂ ਗਈ ਹੈ ਮਹਿੰਦੀ ਮਾਂ ਦੀ ਖੰਡ ਵੇਖੀ ਉਹ ਚਵੈਣ ਕਰ ਗਿਆ ਦੇ ਅੰਮਾ ਤੂੰ ਵਿਛੜੀ ਵੇਂਦੀ ਅੰਮਾ ਅੱਜ ਮੇਰੀ ਸਕੀ ਮਾਂ ਹੋਵੇ ਇਹਨੂੰ ਛੋੜ ਕੇ ਨਾ ਵਜਿਆ। ਜਵਾਨੋ ਮਾਕੀਓ ਬੀਬੀਆਂ ਦੀ ਮੌਲਾ ਬਾਬਾ ਤੁਸੀਂ ਟੁਰ ਵਜਦੇ ਹੋ, ਤੁਸੀਂ ਟੁਰ ਵਜਣਾ ਹੈ ਮੈਂ ਮਰ ਵਜਣਾ ਮੌਲਾ, ਜਦੋਂ ਤੁਸੀਂ ਵਾਪਸ ਆਸੋ ਚਾਰ ਸੱਜਣ ਮੇਰੀ ਕਬਰ ਦੇ ਨਾਮ, ਇਮਾਮਾਦਨ ਪਹਿਲਾਂ ਕੌਣ ਨਾਵੇ ਬੀਬੀਆਂ ਦੀ ਪਹਿਲਾਂ ਉਹ ਨਾਵੇ ਜੈ ਮੇਰਾ ਨਾਮ ਨਹੀਂ ਲਿਖਿਆ, ਲਾਜ਼ੀ ਮੂੰਹ ਤੇ ਪਿੰਡ ਗਿਆ ਦੇ ਬਾਦਸ਼ਾਹ ਕਿਲੇ ਦਿਵਾਉਂਦੇ ਮੈਂ ਤਾਂ ਤੇਰਾ ਵੀ ਨਾ ਕਰ ਕਰੀ ਔਲਾਦ, ਉਹ ਜਮਾਨਾ ਮਤ ਵੀ ਉਹ ਇਮਾਮਾਦਨ ਦੂਜਾ ਕੌਣ ਨਾਵੇ ਆਦਨ ਦੂਜਾ ਮੇਰੇ ਹਿੱਸੇ ਦਾ ਮੇਰਾ ਅਕਬਰੀ ਨਾਵੇ, ਉਹ ਜਮਾਨਾ ਮਤ ਵੀ ਉਹ ਇਮਾਮਾਦਨ ਅਕਬਰੀ ਕੋਈ ਨੀ ਆਉਣਾ, ਰੋ ਗਿਆ ਦੇ ਤ੍ਰੀਜਾ ਕੌਣ ਨਾਵੇ ਵਹਿੰਦੀ ਮਾਂ ਦੀ ਕੰਡ ਵੇਖੀਏ ਆਦੇ ਬਾਬਾ ਤ੍ਰੀਜੀ ਇਹ ਵੀ ਨਾਵੇ ਜਿਹੜੀ ਮੇਰੀ ਕੁਝ ਨਹੀਂ ਲੱਗਦੀ, ਓ ਬਾਬਾ ਜੋਰੀ ਸਕੀ ਮਾਂ ਹੋਵੇ ਉਹ ਜਮਾਨਾ ਮਤ ਵੀ ਉਹ ਮਾਮਾ ਚੌਥਾ ਕੌਣ ਨਾਵੇ, ਮੈਨੂੰ ਮਿੰਬਰ ਦੀ ਕਸਮ ਹੈ ਬਤੂਲ ਦੀ ਪੋਤਰੀ ਚਾਦਰ ਚਾਹ ਕੇ ਟੁਰ ਪਈ ਹੈ, ਅੱਗੇ ਅੱਗੇ ਹੁਸੈਨ ਦੀ ਧੀ ਟੁਰਦੀ ਆਉਂਦੀ ਹੈ, ਪਿੱਛੇ ਪਿੱਛੇ ਸ਼ਬੀਰ ਟੁਰਦਾ ਹੁੰਦਾ, ਇਮਾਮਾਦਨ ਸੁਬਰਾ ਚੌਥਾ ਕੌਣ ਨਾਵੇ ਆਦੀ ਬਾਬਾ ਜੀ ਨਾਰਾਜ਼ ਨਾ ਹੋਵੋ ਤਾਂ ਚੌਥੇ ਤੁਸਾਂ ਵੀ ਮੇਰੀ ਕਬਰ ਦੇ ਨਾਵਿਆ, ਇਮਾਮਾਦਨ ਮੇਰੀ ਧੀ ਕੋਈ ਬੱਲੀ ਨਾ ਬੱਲੀ ਬਾਬੇ ਕੋਈ ਨੀ ਬਦਲਿਆ
ਕੇ ਬਾਬਾ ਦੁਖਿਓ ਨਹੀਂ ਆਦਾ ਜੋ ਮੈਂ ਤੂੰ ਯਤੀਮ ਕਰਨ ਪਿਓ ਬੈਠਾ ਰੋਜ਼ ਕਿਹਾ ਜੇ ਬਾਬਾ ਮਿੰਨਤ ਕਰੇ ਦੀਆਂ ਨਾਲ ਨਾ ਲੈ ਬਾਦ ਬਾਬਾ ਉਹ ਜਾਣੇ ਬੇਸ਼ੱਕ ਮੈਂ ਇੱਥੇ ਰਹਿ ਵੈਸਾ ਨਾਲ ਲੱਗੇ ਦਵਾਦ ਬਾਬਾ ਮਿੰਨਤ ਕਰੇ ਦੀਆਂ ਜਦਾ ਅਕਬਰ ਨੂੰ ਸਹਰੇ ਪਾਵੇ ਭਲੀ ਕਹਿ ਨੂੰ ਨਾ ਬਤਾਵੇ ਰੁਦਾ ਸ਼ਬੀਰ ਰੋ ਰੋ ਕੇ ਆਦਾ ਹੈ ਮੈਨੂੰ ਕਸਮ ਹੈ ਮਾਦੀ ਹੈ ਉਹ ਚਾਦਰ ਦੀ ਜਦਾ ਅਕਬਰ ਕੂੰ ਕਰਦਾ ਸਾ ਓ ਆਦਮ ਤੂੰ ਗਿਣ ਕੇ ਹੈ ਉਹ ਮੈਂ ਦਈ ਵੋ ਇਹਦੇ ਕੋਲ ਜਾਗੀ ਬੁਲਵਾ ਸਾ ਰੁਦਨ ਛਪੀਰ ਕਰੋ ਕੇ ਆਦਾ ਦਾ ਜਦਾ ਜਾਗ ਚੜ ਸੀ ਓ ਮੇਰੇ ਅਕਬਰ ਦੀ ਤਨ ਮੌਜ ਜਨਾ ਲਵੇ ਕੈਸਾ ਜਦਾ ਬਾਣ ਵੇ